ਜਿਹੜਾ ਭਰਾ ਆਪਣੇ ਸਭ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਫੋਲੋ ਤੇ ਕਮੈਂਟ ਕਰੂਗਾ ਅਸੀਂ ਉਹਨਾਂ ਨੂੰ ਅਲਟੋ ਦੇਣੀ ਆ 13 ਅਪ੍ਰੈਲ ਨੂੰ। ਕਿਆ ਬਾਤ ਹੈ ਜੀ, ਬਿਲਕੁਲ ਫ੍ਰੀ ਚ। ਮੈਂ ਜਦੋਂ ਉਹ ਆਪਾਂ ਨੂੰ ਇੰਨਾ ਪਿਆਰ ਕਰਦੇ ਨੇ ਆਪਾਂ ਵੀ ਥੋੜਾ ਪਿਆਰ ਲਿਖਾ ਦੇ ਫਿਰ, ਹੈ ਨਾ। ਇੱਕ ਗੱਲ ਹੋਰ ਹੈ, ਇੱਕ ਹੋਰ ਆਫਰ ਵੀ ਹੈ ਜੀ, ਜੇ ਭਰਾ ਕੋਈ ਵੀ ਹੈ ਨਾ ਆਪਣਾ ਮਤਲਬ ਆਹ ਸਾਲ ਦੇ ਐਂਡ ਤੱਕ ਆਪਾਂ ਨੂੰ 5 ਲੱਖ ਦੀ ਫੈਮਿਲੀ ਤੱਕ ਪਹੁੰਚਾਊਗਾ ਯੂਟਿਊਬ ਤੇ, ਅਸੀਂ 10,000 ਰੁਪਏ ਦੇਣੇ ਫ੍ਰੀ ਦੇ ਵਿੱਚ। ਕਿਆ ਬਾਤ ਹੈ ਜੀ, ਠੀਕ ਹੈ ਬਾਈ। ਛੇਤੀ ਕਰੋ ਫੋਲੋ, ਲਾਈਕ, ਕਮੈਂਟ ਤੇ ਲਾ ਦੋ ਝੜੀ ਛੇਤੀ ਇਹਦੀ ਕਮੈਂਟਾਂ ਦੇ। 2014 ਮਾਡਲ ਜੀ, ਫਸਟ ਓਨਰ ਜੀ। ਹਾਂਜੀ, ਅਲਾਏ ਟਾਇਰ ਨਵੇਂ, ਠੀਕ ਹੈ, ਐਂਡਰੋਇਡ ਪਲੇਅਰ, ਬੈਕ HD ਕੈਮਰਾ, ਓਕੇ। ਗੱਡੀ ਦਾ ਰੇਟ 6,90,000 ਰੁਪਏ। 6,90,000 ਇਹ ਕਾਰ ਹੈਗੀ ਆ ਸਦਾਬਹਾਰ ਕਾਰ, ਤੇ ਕਿਹੜੇ ਭਰਾ ਨੂੰ ਸਕਾਰਪੀਓ ਪਸੰਦ ਹੈ ਕਮੈਂਟਾਂ ਜ਼ਰੂਰ ਦੱਸ ਦਿਓ ਬਾਈ, ਬਿਲਕੁਲ। ਤੇ ਕਿਹਦੇ ਸੁਪਨੇ ਦੀ ਕਾਰ ਹੈ ਉਹ ਵੀ ਦੱਸ ਦਿਓ, ਇਹਦਾ ਝੋਟੇ ਨੇ ਝੋਟੇ। ਸਕਾਰਪੀਓ ਵੀਰੇ 16/17 S10 ਆਟੋਮੈਟਿਕ ਗੇਅਰ ਦੇ ਵਿੱਚ ਲਾਇਆ ਬਾਈ ਮਿੱਤਰੋ, ਅਲਾਏ ਟਾਇਰ ਬਿਲਕੁਲ ਨਵੇਂ ਜੀ, ਦੋਨੋਂ ਚਾਬੀਆਂ ਫੁੱਲ ਬੀਮਾ, 50,000 ਚੱਲੀ ਹੈ ਜੀ, ਓਕੇ, ਸਰਵਿਸ ਰਿਕਾਰਡ ਹੈ ਜੀ, ਟੋਟਲੀ ਓਰੀਜਨਲ ਪੇਂਟ ਦੀ ਜੀ, ਸੀਟ ਕਵਰ ਮੈਟਿੰਗ ਅੰਦਰੋਂ ਬਾਹਰੋਂ ਬਿਲਕੁਲ ਨਵੀਂ ਗੱਡੀ ਹੈ ਜੀ। ਹੌਂਡਾ ਸਿਟੀ ਆ ਗਈ ਜੀ 2014 ਮਾਡਲ, 50 ਨੰਬਰ, ਸੈਕਿੰਡ ਓਨਰ, ਓਕੇ। 4.5 ਲੱਖ ਰੁਪਇਆ ਡਿਮਾਂਡ ਹੈ ਜੀ, ਔਨ ਟੇਬਲ ਨੈਗੋਸ਼ੀਏਟ ਹੋ ਜੂ। ਮਿਹਨਤ ਵਧਾ ਦਿਓ ਵੀ ਬਾਬਾ ਸੁੱਖ ਰੱਖੇ, ਵੀ ਕੈਸ਼ 'ਚ ਹੀ ਕੰਮ ਕਰੋ, ਕੈਸ਼ 'ਚ ਹੀ ਕੰਮ, ਹੈ ਨਾ, ਵੀ ਤੁਹਾਨੂੰ ਸੁੱਖ ਅਤੇ ਬਾਈਆਂ ਨੂੰ ਸੁੱਖ, ਹੈ ਨਾ, ਵੀ ਇੰਨੀ ਕੁ ਕੋਸ਼ਿਸ਼ ਕਰੋ ਵੀ ਆਪਾਂ ਕਹਿੰਦੀ ਮਹਿੰਗੀ ਚੀਜ਼ ਆਪਾਂ ਨੂੰ ਸਸਤੀ ਲੱਗਣ ਲੱਗਦੀ, ਬਿਲਕੁਲ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਆ ਤੁਹਾਡਾ ਮਾਈ ਰਾਈਡ ਧੂਰੀ ਪੇਜ ਦੇ ਉੱਤੇ। ਅੱਜ ਦੀ ਵੀਡੀਓ ਬਾਈ ਤੁਹਾਡੇ ਵਾਸਤੇ ਬਹੁਤ ਵਧੀਆ ਰਹੂਗੀ। ਅੱਜ ਆਪਾਂ ਮੋਸਟਲੀ ਤੁਹਾਨੂੰ ਦੇਵਾਂਗੇ ਸਾਰੀਆਂ 50 ਨੰਬਰ ਦੀਆਂ ਕਾਰਾਂ, ਅਤੇ ਅੱਜ ਆਪਾਂ ਖੜ੍ਹਾ ਭੁੱਲਰ ਮੋਟਰ ਸੰਗਰੂਰ ਅਤੇ ਬਾਈ ਜੀ ਨਾਲ ਰਹਿਣਗੇ, ਗੱਲਬਾਤ ਕਰਾਂਗੇ। ਅੱਜ ਆਪਾਂ ਦੇਵਾਂਗੇ ਤੁਹਾਨੂੰ ਹੌਟ ਸੈਲਿੰਗ ਕਾਰਾਂ ਬਾਈ, ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੋਵੇ ਤਾਂ ਇੱਕ ਵਾਰ ਕਾਲ ਕਰਿਓ ਜ਼ਰੂਰ, ਸੰਗਰੂਰ ਖੜ੍ਹਾ ਆਪਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਵਾਗਤ ਆ ਵੀਰੇ ਪੇਜ ਉੱਪਰ, ਹੈ ਨਾ। ਬਹੁਤ ਧੰਨਵਾਦ ਜੀ। ਅਤੇ ਬਾਈ ਅੱਜ ਕਿਹੜੇ ਕਿਹੜੇ ਕਾਰਾਂ ਰਹਿਣਗੇ ਆਪਣੇ ਲਵੇ? ਸਭ ਤੋਂ ਪਹਿਲਾਂ ਤਾਂ ਬਾਈ ਮਾਈ ਰਾਈਡ ਦੀ ਸਾਰੀ ਟੀਮ ਦਾ ਸਵਾਗਤ ਹੈ ਭੁੱਲਰ ਮੋਟਰ ਸੰਗਰੂਰ 'ਤੇ ਜੀ। ਅਤੇ ਦੋਸਤੋ, ਜਿਹੜੇ ਵੀ ਦਰਸ਼ਕ ਤੁਹਾਡੇ ਮਾਧਿਅਮ ਦੇ ਰਾਹੀਂ ਮੈਨੂੰ ਦੇਖ ਰਹੇ ਨੇ, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਹੁਣ ਆਉਂਦੇ ਹਾਂ ਜੀ ਆਪਾਂ ਸਟਾਕ ਵੱਲ। ਹਾਂਜੀ ਵੀਰੇ, ਦੇਖੋ ਪਹਿਲਾਂ ਤੋਂ ਹੀ ਆਪਣਾ ਰਹਿੰਦਾ ਵੀ ਮੀਡੀਅਮ ਵਰਗ ਦੇ ਵੀਰਾਂ, ਆਪਾਂ ਆਪ ਵੀ ਮੀਡੀਅਮ ਪਰਿਵਾਰ ਦੇ ਵਿੱਚੋਂ ਆਏ, ਹੈ ਨਾ, ਮੀਡੀਅਮ ਫੈਮਿਲੀ 'ਚੋਂ ਆ, ਤਾਂ ਮੀਡੀਅਮ ਵਰਗ ਦੀਆਂ ਕਾਰਾਂ ਰਹਿਣਗੀਆਂ ਜਿਹਦੇ ਵਿੱਚ ਛੋਟੀ ਕਾਰ ਤੋਂ ਲੈ ਕੇ ਉੱਪਰ ਤੱਕ ਆਪਾਂ ਸਕਾਰਪੀਓ ਤੱਕ ਦੇਵਾਂਗੇ। ਕਿੰਨੇ ਰੁਪਏ ਤੋਂ ਕਾਰ ਸ਼ੁਰੂ ਅੱਜ? ਅੱਜ ਆਪਣੇ ਕੋਲ ਜੀ ਮੰਨ ਕੇ ਚੱਲੋ 1,20,000 ਰੁਪਏ ਤੋਂ ਸਟਾਰਟ ਹੋ ਕੇ, ਠੀਕ ਹੈ, 11-12 ਲੱਖ ਰੁਪਏ ਤੱਕ ਸੌਦੇ ਰਹਿਣਗੇ। ਓਕੇ ਬਾਈ ਜੀ, ਅਤੇ ਪਹਿਲੀ ਕਾਰ ਦੀ ਗੱਲਬਾਤ ਕਰਦੇ ਅੱਜ ਆਪਾਂ, ਅਲਟੋ ਕੇਟਨ ਵੀਰੇ। ਹਾਂਜੀ, ਮਾਡਲ 2018 ਮਾਡਲ ਕੇਟਨ ਹੈ ਜੀ। ਹਾਂਜੀ, ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ, ਬਹੁਤ ਘੱਟ ਮਿਲੂਗੀ ਜੀ ਆਟੋਮੈਟਿਕ ਤੁਹਾਨੂੰ। ਆਟੋਮੈਟਿਕ, ਆਟੋਮੈਟਿਕ ਟਰਾਂਸਮਿਸ਼ਨ 'ਚ ਹੈ ਜੀ। ਲਓ ਬਾਈ ਜੀ, ਅਲਟੋ ਕਾਰ ਬਹੁਤ ਘੱਟ ਮਿਲਦੀ ਹੈਗੀ, ਅਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਆਏ ਆਟੋਮੈਟਿਕ ਕਾਰ ਹੈ, ਜੇ ਕਿਸੇ ਭਰਾ ਨੇ ਲੈਣੀ ਹੈ, ਐਂਡਰਾਇਡ ਪਲੇਅਰ ਲੱਗਿਆ ਹੋਇਆ ਅਤੇ ਕਾਰ ਵੀ ਬਹੁਤ ਸੋਹਣੀ ਹੈ ਬਾਈ। ਕਾਰ ਸੋਹਣੀ ਹੈ ਜੀ, ਆਟੋਮੈਟਿਕ ਹੈ, 80 ਪੈਸੇ ਟਾਇਰ ਨੇ ਜੀ। ਹਾਂਜੀ, ਇੰਜਣ ਗੇਅਰ ਦੀ ਸੋਹਣੀ ਹੈ, 90 ਦੇ ਕਰੀਬ ਚੱਲੀ ਹੋਈ ਹੈ, ਦੋਨੋਂ ਚਾਬੀਆਂ ਸੈਂਟਰ ਲੋਕਿੰਗ ਆ, BXI ਦੇ ਵਿੱਚ ਆਪਸ਼ਨਲ ਹੈ ਜੀ, ਸਿੰਗਲ ਏਅਰਬੈਗ ਵਾਲਾ, ਫਰੰਟ ਪਾਵਰ ਜੀ, ਠੀਕ ਹੈ, ਏਅਰਬੈਗ ਵਾਲਾ ਮਾਡਲ ਹੈ। ਓਕੇ, ਕਿੰਨੇ ਰੁਪਏ ਦੀ ਕਾਰ ਹੈ ਵੀਰੇ? 3,75,000 ਰੁਪਏ। 3,75,000 ਓਨਰ ਪਹਿਲੇ, ਸੈਕਿੰਡ ਓਨਰ, ਸੈਕਿੰਡ ਓਨਰ ਜੀ। ਤੇ ਅਗਲੀ ਆ ਗਈ i10 ਆਪਣੇ ਲਵੇ, ਗ੍ਰੈਂਡ ਜੀ, ਗ੍ਰੈਂਡ i10 ਗ੍ਰੈਂਡ ਹੈ ਦੋਸਤੋ ਆਪਣੇ ਕੋਲੇ, ਇਹ 18 ਮਾਡਲ ਜੀ, 18 ਮਾਡਲ ਹੈ। ਹਾਂਜੀ, PV03 ਬਠਿੰਡਾ ਨੰਬਰ ਹੈ। ਓਕੇ, ਫਸਟ ਓਨਰ ਹੈ। ਹਾਂਜੀ, ਚੰਗੀ ਗੱਡੀ ਹੈ ਜੀ। ਓਕੇ, ਕੋਈ ਫਿਲਹਾਲ ਕੰਮ ਖਰਚਾ ਕੋਈ ਨਹੀਂ, ਦੋਨੋਂ ਚਾਬੀਆਂ, ਠੀਕ ਹੈ, ਤੇ ਟਾਇਰ 4 ਨਵੇਂ, ਸੈਂਟਰ ਲੋਕ, ਬੀਮਾ ਪਿਆ ਜੀ, ਇੰਜਣ ਦੀ ਗੇਅਰ ਦੀ ਬਿਲਕੁਲ ਨਵੀਂ। ਰੇਟ
ਰੇਟ ਜੀ 4,25,000 ਰੁਪਈਆ, 4.25 ਲੱਖ ਰੁਪਈਆ ਜੀ। ਲੋ ਜੀ 18 ਮਾਡਲ 4.25 ਲੱਖ ਰੁਪਏ ਰੇਟ ਹੈ। ਤੇ ਅਗਰ ਲੋਨ ਦੀ ਗੱਲ ਕਰੀ ਵੀਰੇ, 1 ਲੱਖ ਰੁਪਏ ਦੇ ਕੇ ਹੋ ਜੂ ਲੋਨ? ਬਿਲਕੁਲ ਹੋ ਜੂਗਾ ਜੀ, 3.5 ਲੱਖ ਰੁਪਏ ਦਾ ਵੀ ਲੋਨ ਹੋ ਸਕਦਾ ਜੀ। ਓਕੇ, ਲੋ ਬਈ ਮਿੱਤਰੋ, ਬਹੁਤ ਘੱਟ ਪੈਸੇ ਦੇ ਕੇ ਤੁਹਾਡਾ ਲੋਨ ਵੀ ਹੋ ਸਕਦਾ। ਕੋਸ਼ਿਸ਼ ਕਰਿਆ ਕਰੋ ਬਈ, ਹੈ ਨਾ, ਵੀ ਇੱਕ ਗੱਲ ਕਰੇ ਵੀ ਲੋਨ, ਚਲੋ ਸਾਡਾ ਹੱਕ ਬਣਦਾ ਵੀ ਗੱਲ ਕਰਨ ਦਾ, ਹੈ ਨਾ, ਵੀ ਕਈਆਂ ਮਤਲਬ ਘੱਟ ਪੈਸੇ ਹੁੰਦੇ ਨੇ ਜੀ। ਪਰ ਮਿੱਤਰੋ ਬਾਈ ਜੀ ਨਾ ਕਹਿੰਦੇ ਵੀ ਮਿਹਨਤ ਵਧਾ ਦਿਓ, ਵੀ ਬਾਬਾ ਸੁੱਖ ਰੱਖੇ, ਵੀ ਕੈਸ਼ 'ਚ ਹੀ ਕੰਮ ਕਰੋ, ਕੈਸ਼ 'ਚ ਹੀ ਕੰਮ, ਹੈ ਨਾ, ਵੀ ਤੁਹਾਨੂੰ ਸੁੱਖ ਅਤੇ ਬਾਈਆਂ ਨੂੰ ਸੁੱਖ, ਹੈ ਨਾ, ਵੀ ਇੰਨੀ ਕੁ ਕੋਸ਼ਿਸ਼ ਕਰੋ ਵੀ ਆਪਾਂ ਕਹਿ ਦਈਏ ਮਹਿੰਗੀ ਚੀਜ਼ ਆਪਾਂ ਨੂੰ ਸਸਤੀ ਲੱਗਣ ਲੱਗ ਗਈ। ਬਿਲਕੁਲ ਜੀ, ਬਿਲਕੁਲ। ਅਤੇ ਬਾਈ ਹੈ ਨਾ, ਇੱਕ ਇਹ ਆਪਾਂ ਕਹਿ ਦਈਏ ਵੀ ਇੱਕ ਤੁਹਾਨੂੰ ਸੁਝਾਅ ਹੈ ਇੱਕ ਬਾਈ, ਹੈ ਨਾ, ਵੀ ਕਰੋ ਮਿਹਨਤ ਕਰੋ ਬਾਈ ਦੱਬ ਕੇ, ਅਤੇ ਸਾਰੀਆਂ ਚੀਜ਼ਾਂ ਬਈ ਤੁਹਾਡੇ ਹੱਥ 'ਚ ਹੋਣਗੀਆਂ। ਅੱਜ ਆਪਾਂ 1 ਲੱਖ ਵਾਲੀ ਖਰੀਦਣੇ, ਕੱਲ੍ਹ ਨੂੰ 10 ਲੱਖ ਵਾਲੀ ਵੀ ਖਰੀਦਾਂ। ਬਿਲਕੁਲ ਜੀ, ਹੈ ਨਾ ਬਾਈ, ਸੁਪਨਾ ਜ਼ਰੂਰ ਲਓ, ਸੁਪਨੇ ਜ਼ਰੂਰ ਲਓ ਬਾਈ। ਅਗਲੀ ਆਈਟਮ ਵੀਰੇ ਆਪਣੇ K10 ਆ ਗਈ। K10 ਹੈ ਜੀ, 2012 ਮਾਡਲ ਹੈ ਜੀ, BXi ਹੈ, ਸੈਕਿੰਡ ਓਨਰ ਹੈ, ਪੰਜਾਬ ਨੰਬਰ ਹੈ। ਹਾਂਜੀ, ਅਤੇ ਇਹਦੇ ਵਿੱਚ ਵੀ ਟੱਚ ਪਲੇਅਰ, ਬੈਕ ਕੈਮਰਾ, ਸੈਂਟਰ ਲੋਕਿੰਗ ਸਾਰਾ ਕੁਛ ਹੈ ਜੀ। ਓਕੇ, ਫਰੰਟ 2 ਵਿੰਡੋ ਪਾਵਰ, ਠੀਕ ਹੈ, ਸਾਰੀ ਕਾਰ 'ਚੋਂ 1.5 ਪੀਸ ਟਚਿੰਗ ਹੈ ਜੀ। ਓਕੇ, ਇੰਜਨ ਗੇਅਰ ਦੀ ਸੋਹਣੀ ਹੈ, ਸਾਰੇ ਸ਼ੀਸ਼ੇ ਨਾਲ ਦੇ ਨੇ ਜੀ। ਤੇ ਅੱਜ ਆਪਣੇ ਲਈ ਸਾਰੀਆਂ ਕਾਰਾਂ ਜਿਹੜੀਆਂ ਵੀ ਪੂਰੇ ਵਧੀਆ ਨੇ ਵੀਰੇ, ਵਧੀਆ ਕਾਰਾਂ ਨੇ ਜੀ, ਸਾਰੀਆਂ ਕਾਰਾਂ ਵਧੀਆ ਨੇ ਜੀ, ਕਾਰ ਕੰਪਲੇਂਟ ਵਾਲੀ ਕਾਰ ਹੀ ਨਹੀਂ ਲਿਆਉਂਦੀ। ਕਸਟਮਰ ਦੀ ਗੱਡੀ ਹੈ, ਠੀਕ ਹੈ, 2,35,000 ਘਰੇਲੂ ਕਾਰ ਔਨ ਟੇਬਲ, ਹਾਂਜੀ, ਨੈਗੋਸ਼ੀਏਟ ਹੋ ਜੂਗੀ। ਲਓ 2,35,000 ਬਾਈ, ਆਹ ਵੀਰੇ ਇਹ ਆ ਗਈ ਜੀ 2009 ਮਾਡਲ ਵੈਗਨਾਰ, ਹਾਂਜੀ, ਸੈਕਿੰਡ ਓਨਰ ਹੈ ਜੀ, ਪੰਜਾਬ ਨੰਬਰ ਹੈ, ਚਾਰੋਂ ਟਾਇਰ ਵਧੀਆ ਨੇ, ਸੈਂਟਰ ਲੌਕ ਹੈ, ਸੀਟ ਕਵਰ ਮੈਟਿੰਗ ਵਧੀਆ ਹੈਗੀ, ਬੈਟਰੀ ਨਵੀਂ ਹੈ, ਕੋਈ ਕੰਮ ਖਰਚਾ ਨਹੀਂ ਹੈਗਾ ਜੀ ਕਾਰ 'ਚ। ਤੇ ਗੱਡੀ ਦਾ ਰੇਟ ਸਿਰਫ 1,20,000 ਰੁਪਏ ਦੀ, 1,20,000 ਰੁਪਈਆ, 9 ਮਾਡਲ ਹੈ ਜੀ, ਠੀਕ ਹੈ। ਅੱਛਾ, ਇੱਕ ਗੱਲ ਕਰਾਂ ਵੀ ਨਾ, ਜੇ ਇਹਨੂੰ ਬਾਜੀ ਜੇ ਕਿਸੇ ਨੇ ਵਧੀਆ ਐਨ ਰੈਨੋਵੇਟ ਕਰਕੇ ਤੇ ਕਰਨਾ, ਬਹੁਤ ਸੋਹਣੀ ਹੋ ਜਾਏਗਾ, ਬਹੁਤ ਸੋਹਣੀ ਜੀ, ਬਹੁਤ ਸੋਹਣੀ। ਵੀ ਬਸਾ ਵੀ ਕਹਿੰਦੇ ਜੀ ਜਿੰਨੇ ਦੀ ਕਾਰ ਹੈ ਇੰਨੇ ਹੀ ਉੱਪਰ ਲੱਗ ਜਾਣੇ, ਬਹੁਤ ਸੋਹਣੀ ਲੱਗੂ ਕਾਰ ਬਾਈ ਇਹ, ਬਲੈਕ ਕਲਰ ਦਾ ਤਾਂ ਵੀਰੇ ਫਿਰ ਚੁਆਇਸ, ਹਾਂ, ਸੋਹਣੀ ਵੱਧ ਲੱਗਦੀ। ਤੇ ਅਗਲੀ ਆ ਗਈ ਵੈਗਨਾਰ, ਅਗੇਨ ਆਪਣੇ ਲਵੇ ਇਹ ਉੱਚਾ ਮਾਡਲ ਹੈ ਨਾ ਵੀਰੇ? ਹਾਂਜੀ, ਵੈਗਨਾਰ ਆ ਗਈ ਜੀ 2011 ਮਾਡਲ ਹੈ ਜੀ ਇਹ, ਔਰ ਪੰਜਾਬ ਨੰਬਰ ਹੈ ਵੀ, ਹਾਂਜੀ, ਸੈਕਿੰਡ ਓਨਰ ਹੈ, BXi ਹੈ ਜੀ। ਓਕੇ, ਇਹਦੀਆਂ ਚਾਰੋਂ ਵਿੰਡੋ ਪਾਵਰ 'ਚ ਹੈ, ਠੀਕ ਹੈ, ਔਰ ਵਧੀਆ ਗੱਡੀ ਹੈ ਜੀ। ਓਕੇ ਵੀਰੇ, ਕੋਈ ਕੰਪਲੇਂਟ ਨਹੀਂ। ਇਹਦਾ ਰੇਟ ਆ ਗਿਆ ਜੀ 1,75,000 ਰੁਪਇਆ ਜੀ, 2.25 ਲੱਖ ਰੁਪਇਆ। ਹਾਂਜੀ ਹਾਂਜੀ, ਇਹ 'ਤੇ ਲੋਨ ਹੋ ਸਕਦਾ? ਹਾਂ, ਲੋਨ ਹੋ, ਕਿੰਨਾ ਕੁ ਲੋਨ ਹੋ ਜੂ? 1 ਲੱਖ ਰੁਪਏ ਦਾ ਲੋਨ ਹੋ ਜੂਗਾ ਜੀ, 75,000 ਦੇ ਕੇ ਮਿਲ ਜਾਣਗੇ। ਹਾਂ, ਠੀਕ ਹੈ, ਸਵਾ ਦਾ ਵੀ ਹੋ ਸਕਦਾ ਜੇ ਤੁਸੀਂ 1 ਲੱਖ ਰੁਪਏ ਦਾ ਲੋਨ ਹੋਣੀ ਚਾਹੀਦੀ ਹੈ। ਹਾਂ ਜੀ ਹਾਂ, ਠੀਕ ਹੈ। ਲਓ ਬਾਈ ਜੀ, ਨਾ ਤੁਹਾਡੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈਗੀ। ਅਗਲੀਆਂ ਕਾਰਾਂ ਤੁਹਾਨੂੰ ਉੱਧਰ ਦਿਖਾਉਣਾ, ਆ ਜਾਓ ਬਾਈ। ਅਗਲੀ ਕਾਰ ਆ ਗਈ ਸਵਿਫਟ ਆਪਣੇ ਲੈ ਬਾਈ ਜੀ, ਇਹ ਵੀਰੇ ਸਵਿਫਟ 2014 ਮਾਡਲ ਹੈ ਜੀ। ਹਾਂਜੀ, BDi ਹੈ, ਫਸਟ ਓਨਰ ਹੈ। ਓਕੇ, NOC ਸੰਗਰੂਰ ਦੀ ਕੱਟੀ ਹੋਈ ਹੈ। ਓਕੇ, ਵਿਦ NOC ਲੈਣੀ ਹੈ, 3,60,000 ਰੁਪਇਆ ਜੀ। 3,60,000 ਨੰਬਰ ਲਾ ਕੇ 3,85,000 ਰੁਪਏ ਦੀ ਕਾਰ ਹੈ। 3,85, ਠੀਕ ਹੈ, ਮਾਨਤਾਨ ਵੀਰੇ ਮੌਕੇ ਤੇ ਹੋਊਗਾ, ਮੌਕੇ ਤੇ ਹੋ ਜੂਗਾ ਜੀ, ਠੀਕ ਹੈ। ਲਓ ਮਿੱਤਰੋ, ਕਾਰ ਸੋਹਣੀ ਹੈ ਬਾਈ, ਹੈ ਨਾ, ਚੈੱਕ ਕਰ ਲਿਓ, ਇਹ ਨੰਬਰ ਲਵਾ ਕੇ ਵੀ ਮਿਲ ਜੂ, ਬਿਨਾਂ ਨੰਬਰ ਤੋਂ ਜਿਵੇਂ ਤੁਹਾਨੂੰ ਸੈੱਟ ਲਾ ਦਾ ਉਵੇਂ ਮਿਲ ਜੂ, ਕੋਈ ਚੱਕਰ ਨਹੀਂ। ਅਗਲੀ ਕਾਰ ਆ ਗਈ ਆਪਣੇ ਲਵੇ ਰਿਟਜ, ਰਿਟਜ 2012 ਮਾਡਲ ਹੈ ਜੀ, BDi ਹੈ ਜੀ, ਫਸਟ ਓਨਰ ਹੈ, ਦੋਨੋਂ ਚਾਬੀਆਂ ਨੇ, ਬੀਮਾ ਵੈਲਿਡ ਹੈ ਜੀ, ਠੀਕ ਹੈ, ਪੈਰਾਂ ਦੀ ਵਧੀਆ, ਇੰਜਨ ਗੇਅਰ ਦੀ ਵਧੀਆ ਕਾਰ ਹੈ ਜੀ। ਹਾਂਜੀ, ਲਗਭਗ ਸਾਰੀ ਵਾਂਗੂ ਓਰੀਜਨਲ ਪੇਂਟ ਦੀ ਹੈ, ਠੀਕ ਹੈ ਵੀਰੇ। ਗੱਡੀ ਦਾ ਪਾਰਟੀ ਡਿਮਾਂਡ ਕਰਦੀ ਹੈ 2.5 ਲੱਖ ਰੁਪਇਆ ਜੀ, ਔਨ ਟੇਬਲ ਨੈਗੋਸ਼ੀਏਟ ਹੋ ਜੂਗੀ। ਓਕੇ ਜੀ, ਲਓ ਜੀ 2.5 ਲੱਖ ਰੁਪਇਆ, ਠੀਕ ਹੈ। ਤੇ ਅਗਲੀ ਆ ਗਈ ਰੈਪਿਡ ਵੀਰੇ, ਹਾਂਜੀ, ਇਹ ਮਾਡਲ ਸਕੋਡਾ ਰੈਪਿਡ ਹੈ ਜੀ, 2014 ਮਾਡਲ ਹੈ ਜੀ, ਸੈਕਿੰਡ ਓਨਰ ਹੈ, ਪੰਜਾਬ ਨੰਬਰ ਹੈ, ਫੁੱਲ ਬੀਮਾ, ਦੋਨੋਂ ਚਾਬੀਆਂ, ਠੀਕ ਹੈ, ਇੱਕ ਚਾਬੀ ਤਾਂ ਬਿਲਕੁਲ ਆਉਣ ਲੱਗਿਆ ਜੀ। ਓਕੇ, ਕਾਰ ਚੱਲੀ ਹੈ ਜੀ 81,000 ਕਿਲੋਮੀਟਰ। ਓਕੇ,
ਅੰਦਰੋਂ ਇੰਟੀਰੀਅਰ ਦੀ ਚਾਲ ਦੀ ਇੰਜਨ ਦੀ ਗੇਅਰ ਦੀ ਬਿਲਕੁਲ ਨਵੀਂ ਹੈ ਜੀ। ਸਾਰੀ ਕਾਰ ਚੋਂ 2.5 ਪੀਸ ਟਚਿੰਗ ਹੈਗੇ ਨੇ। ਓਕੇ ਵੀਰੇ, ਚੇਂਜ ਕੁਛ ਨਹੀਂ ਲੱਗੀ ਵੱਜੀ ਭੋਰਾ ਨਹੀਂ। ਓਕੇ, ਕਾਰ ਦਾ ਰੇਟ ਜੀ 4,15,000 ਰੁਪਇਆ। ਚਾਗਲੀ ਡਿਜ਼ਾਇਰ ਆ ਗਈ ਆਪਣੇ ਦੇ ਵੀਰੇ, ਇਹ ਮਾਡਲ ਡਿਜ਼ਾਇਰ 2015 ਮਾਡਲ LDI ਹੈ ਜੀ। 15 ਮਾਡਲ ਠੀਕ ਹੈ, ਸੈਕਿੰਡ ਓਨਰ ਹੈ ਜੀ। ਐਂਡਰਾਇਡ ਪਲੇਅਰ ਲੱਗਿਆ ਜੀ, ਬੈਕ HD ਕੈਮਰਾ, ਟਾਇਰ ਚੰਗੇ ਨੇ ਕਾਰ ਦੇ, ਇੰਜਨ ਗੇਅਰ ਦੀ ਸੋਹਣੀ ਹੈ, ਬੀਮਾ ਬੈਲਟ ਦੋਨੋਂ ਚਾਬੀਆਂ ਨੇ ਜੀ। ਓਕੇ, ਕਾਰ ਦਾ ਰੇਟ ਹੈਗਾ ਜੀ 3,25,000 ਰੁਪਇਆ, 3,25,000 ਰੁਪਇਆ। ਲੋਨ ਕਰਾਉਣਾ 2,70,75,000 ਦਾ ਲੋਨ ਵੀ ਹੋਜੂਗਾ। ਠੀਕ ਹੈ ਵੀਰੇ, 50,000 ਭਰ ਕੇ ਗੱਡੀ ਮਿਲ ਸਕਦੀ ਹੈ। ਲੋ ਜੀ, 50,000 ਰੁਪਏ ਦੇ ਕੇ ਬਈ ਕਾਰ ਮਿਲ ਜਾਣੀ ਤੁਹਾਨੂੰ ਜੀ। ਅਗਲੀ ਆ ਗਈ ਹੋਂਡਾ ਸਿਟੀ, ਸਭ ਦੀ ਹਰਮਨ ਪਿਆਰੀ ਕਾਰ ਆ ਬਈ, ਬਿਲਕੁਲ ਜੀ। ਤੇ ਨਾ ਇਹਦੇ ਇੰਜਨ ਨੂੰ ਛੇਤੀ ਕੁਛ ਹੋਵੇ ਤੇ ਬਾਕੀ ਸ਼ੇਪ ਤਾਂ ਇਹਦੀ ਸਦਾ ਬਹਾਰੀ ਹੈ ਬਈ। ਜੀ ਜੀ, ਇਹ ਮਾਡਲ ਕਿੰਨਾ ਵੀਰੇ? ਹੋਂਡਾ ਸਿਟੀ ਆ ਗਈ ਜੀ 2014 ਮਾਡਲ, ਪੰਜਾਬ ਨੰਬਰ, ਸੈਕਿੰਡ ਓਨਰ। ਓਕੇ, 4.5 ਲੱਖ ਰੁਪਇਆ ਡਿਮਾਂਡ ਹੈ ਜੀ, ਔਨ ਟੇਬਲ ਨੈਗੋਸ਼ੀਏਟ ਹੋ ਜੂਗੀ। ਠੀਕ ਹੈ ਵੀਰੇ, ਵਧੀਆ ਗੱਡੀ ਹੈ, ਇੰਜਨ ਗੇਅਰ ਸੋਹਣਾ ਵੀਰੇ, ਪੂਰਾ ਬਹੁਤ ਨਵੀਂ ਜੀ। ਠੀਕ ਹੈ, ਲਓ ਬਾਈ ਜੀ, ਨੰਬਰ ਪੰਜਾਬ ਦਾ, ਠੀਕ ਹੈ, ਸੋਹਣੀ ਕਾਰ ਆ ਬਾਈ ਜੀ। ਤੇ ਬਾਕੀ ਸੀਰੀਅਲ ਵੀ PV11 DD7100 ਨੰਬਰ ਸੋਹਣਾ ਲੱਗਦਾ ਨਾ ਵੀਰੇ, ਬਹੁਤ ਸੋਹਣਾ ਜੀ। ਤੇ ਆਹ ਆ ਗਈ ਆਪਣੇ ਸਕਾਰਪੀਓ ਵੀਰੇ ਮਾਡਲ, ਸਕਾਰਪੀਓ ਵੀਰੇ 16/17 ਜੀ। ਹਾਂਜੀ, S10 ਆਟੋਮੈਟਿਕ ਗੇਅਰ ਦੇ ਵਿੱਚ ਆਇਆ ਬਾਈ ਮਿੱਤਰੋ, ਅਲਾਏ ਟਾਇਰ ਬਿਲਕੁਲ ਨਵੇਂ ਜੀ, ਦੋਨੋਂ ਚਾਬੀਆਂ ਫੁੱਲ ਬੀਮਾ। ਇਹ ਸਟicker ਵਾਲਾ ਮਾਡਲ ਕਿਵੇਂ ਵੀਰੇ? ਇਹ ਜੀ ਆਟੋਮੈਟਿਕ ਦੇ ਵਿੱਚ ਮਾੜਾ ਮੋਟਾ ਕੋਈ ਆਪਸ਼ਨਲ ਹੈ ਜੀ ਇਹ। ਠੀਕ ਹੈ, ਮਤਲਬ ਵੀ ਕੁਝ ਹੈਗਾ, ਵੇਰੀਐਂਟ ਦਾ ਫਰਕ ਹੈ, ਵੇਰੀਐਂਟ ਦਾ ਫਰਕ ਹੈ ਜੀ। ਆਟੋਮੈਟਿਕ ਟ੍ਰਾਂਸਮਿਸ਼ਨ ਚ ਲਾਈਟ ਆਰ ਬਿਲਕੁਲ ਨਵੇਂ ਨੇ ਜੀ। ਹਾਂਜੀ, 56,000 ਚੱਲੀ ਹੈ ਜੀ। ਓਕੇ, ਸਰਵਿਸ ਰਿਕਾਰਡ ਹੈ ਜੀ। ਲਓ ਜੀ ਬਾਈ, ਚੈੱਕ ਕਰ ਲਓ ਬਾਈ, ਲਾਈਟ ਆਰ ਬਿਲਕੁਲ ਨਵੇਂ, ਟੋਟਲੀ ਓਰੀਜਨਲ ਪੇਂਟ ਦੀ ਜੀ। ਸੀਟ ਕਵਰ ਮੈਟਿੰਗ ਅੰਦਰੋਂ ਬਾਹਰੋਂ ਬਿਲਕੁਲ ਨਵੀਂ ਗੱਡੀ ਹੈ ਜੀ। ਜੇ ਕੋਈ ਵੀਰ ਆਟੋਮੈਟਿਕ ਸਕਾਰਪੀਓ ਚਲਾਉਣਾ ਚਾਹੁੰਦਾ ਹੈ, ਓਕੇ, ਤਾਂ ਬਹੁਤ ਵਧੀਆ ਗੱਡੀ ਹੈ ਜੀ। ਲਓ ਜੀ, ਤੁਸੀਂ ਆ ਕੇ ਗੱਡੀ ਦੀ ਟਰਾਈ ਲੈ ਸਕਦੇ ਹੋ। ਲਓ ਮਿੱਤਰੋ, ਆਹ ਵਾਲੀ ਕਾਰ ਬਾਈ, ਇਹ ਕਾਰ ਹੈਗੀ ਆ ਸਦਾਬਹਾਰ ਕਾਰ, ਤੇ ਕਿਹੜੇ ਭਰਾ ਨੂੰ ਸਕਾਰਪੀਓ ਪਸੰਦ ਹੈ ਕਮੈਂਟਾਂ ਜ਼ਰੂਰ ਦੱਸ ਦਿਓ ਬਾਈ। ਬਿਲਕੁਲ, ਤੇ ਕਿਹਦੇ ਸੁਪਨੇ ਦੀ ਕਾਰ ਹੈ ਉਹ ਵੀ ਦੱਸ ਦਿਓ, ਇਹਦਾ ਝੋਟੇ ਨੇ ਝੋਟੇ ਜੀ। ਬਿਲਕੁਲ, ਠੀਕ ਹੈ ਬਾਈ, ਅਗਲਾ ਅਗੇਨ ਆਪਾਂ ਕਹਿੰਦੇ ਇੱਕ ਹੋਰ ਸਕਾਰਪੀਓ ਆ ਗਈ ਆਪਣੇ ਲਈ, ਇਹ ਵੀਰੇ ਮਾਡਲ 2014 ਮਾਡਲ ਜੀ। ਹਾਂਜੀ, ਫਸਟ ਓਨਰ ਜੀ। ਹਾਂਜੀ, ਅਲਾਏ ਟਾਇਰ ਨਵੇਂ, ਠੀਕ ਹੈ, ਐਂਡਰਾਇਡ ਪਲੇਅਰ, ਬੈਕ HD ਕੈਮਰਾ, ਓਕੇ, ਸੈਂਟਰ ਲੌਕ ਦੋਨੋਂ ਚਾਬੀਆਂ, ਹਾਂਜੀ, NOC ਸੰਗਰੂਰ ਦੀ ਕੱਟੀ ਹੋਈ ਹੈ, ਨੰਬਰ ਹਰਿਆਣੇ ਦਾ ਜੀ। ਠੀਕ ਹੈ ਵੀਰੇ, ਗੱਡੀ ਦਾ ਰੇਟ 6,90,000 ਰੁਪਇਆ। 6,90,000 ਲੈ ਵੀ ਮਿੱਤਰਾ, 6,00,000 ਰੁਪਈਏ ਤੇ 90,000 ਰੁਪਏ ਦੇ ਵਿੱਚ ਤੁਹਾਨੂੰ ਇਹ ਕਾਰ ਮਿਲ ਜਾਣੀ ਹੈ। ਜੇ ਕਿਸੇ ਭਰਾ ਨੇ ਲੈਣੀ ਹੈ ਤਾਂ ਆਹ ਵਾਲੀ ਸਕਾਰਪੀਓ ਗਰੁੱਪ ਚੰਗੀ ਤਰ੍ਹਾਂ ਦਿਖਾ ਦਿਓ ਬਈ ਕਾਰ, 6,90,000 ਰੁਪਏ ਦੀ ਸਕਾਰਪੀਓ ਤੁਹਾਡੀ ਹੋ ਸਕਦੀ ਆ। ਲੋਨ ਕਰਾਉਣਾ, ਲੋਨ ਵੀ ਹੋਜੂ, ਅਲਾਏ ਟਾਇਰ ਚੰਗੇ ਨੇ ਬਾਈ। ਠੀਕ ਹੈ, ਅਤੇ ਅਗਲੀ ਆ ਗਈ ਆਪਣੇ ਲਈ ਲੌਰਾ ਵੀਰੇ, ਇਹ ਸਕੋਡਾ ਲੌਰਾ ਆ ਗਈ ਜੀ 2012 ਮਾਡਲ, ਹਾਂਜੀ, ਆਟੋਮੈਟਿਕ, ਠੀਕ ਹੈ, ਟੌਪ ਵੇਰੀਐਂਟ ਦੇ ਵਿੱਚ, ਓਕੇ, ਆਟੋ ਗੇਅਰ ਦੇ ਵਿੱਚ ਹੈ ਜੀ, ਵੈਂਟੀਲੇਟਰ ਸੀਟਾਂ ਵਾਲੀ, ਬਹੁਤ ਸੋਹਣੀ ਗੱਡੀ ਹੈ ਜੀ। ਖਰਚਾ ਪੱਠਾ ਮਾੜਾ ਮੋਟਾ ਹੈਗਾ, ਮਾੜਾ ਮੋਟਾ, ਫੋਗ ਲੈਂਪ, ਬੰਪਰ ਪੇਂਟ, ਹਾਂਜੀ, ਘਰੇ ਚੱਲ ਰਹੀ ਹੈ ਜੀ ਪਾਰਟੀ ਕੋਲ, ਠੀਕ ਹੈ, ਅਤੇ ਚੰਗੀ ਗੱਡੀ ਹੈ। ਹਾਂਜੀ, ਗੱਡੀ ਦਾ ਰੇਟ ਸਿਰਫ 2,75,000 ਰੁਪਇਆ ਜੀ, 2.5-3 ਲੱਖ ਰੁਪਇਆ ਰੇਟ ਹੈ, ਲਾਏ ਲੱਗੇ ਹੋਏ ਨੇ ਬਾਈ। ਠੀਕ ਹੈ, ਅਤੇ ਅਗਲੀ ਆ ਗਈ ਆਪਣੇ ਲਈ ਪਸਾਟ, ਲੈ ਬਾਈ ਪਸਾਟ ਆ ਗਈ ਜੀ 2012 ਰਜਿਸਟਰਡ 13 ਜੀ, ਕਿਉਂਕਿ ਆਪਣਾ ਨਾ ਵੀਰ ਟੇਸਟ ਸੀ ਜੈਟਾ ਚਲਾਉਂਦੇ ਰਹੇ ਆਪਾਂ, ਹਾਂਜੀ ਹਾਂ, ਹੁਣ ਵੀ ਹੈਗੀ ਹੈ, ਠੀਕ ਹੈ, ਵੀ ਇਹ ਵੀ ਸੀਗਾ ਵੀ ਇਹ ਵੀ ਚਲਾਓ, ਇਹ ਜੈਟਾ ਤੋਂ ਇੱਕ ਕਦਮ ਉੱਤੇ ਵਾਲੀ ਹੈ, ਇੱਕ ਕਦਮ ਉੱਤੇ ਵਾਲੀ ਹੈ ਜੀ, ਠੀਕ ਹੈ, ਤੇ ਗੱਡੀ ਬਾਈ ਮੈਨੂੰ ਪਰਸਨਲੀ ਬਹੁਤ ਵਧੀਆ ਲੱਗੀ ਕਾਰ, ਬਹੁਤ ਸੋਹਣੀ ਬਾਈ। ਇੰਟੀਰੀਅਰ ਚੈੱਕ ਕਰੋ ਤੁਸੀਂ, ਇੰਟੀਰੀਅਰ ਦੇ ਆਪਾਂ ਕਹਿੰਦੇ ਫੈਨ ਹੋਣ ਵਾਲਾ ਕੰਮ ਹੈ, ਔਰ ਬਹੁਤ ਵਾਜਬ ਰੇਟ ਦੇ ਵਿੱਚ ਗੱਡੀ ਹੈ ਜੀ। ਓਕੇ, ਬਹੁਤ ਵਾਜਬ ਰੇਟ, ਮਾਡਲ 12
12 ਰਜਿਸਟਰਡ 13 ਜੀ ਸੈਕਿੰਡ ਓਨਰ ਦਿੱਲੀ ਨੰਬਰ ਹਾਂਜੀ ਲਗਭਗ ਹਜੇ ਤੱਕ ਓਰੀਜਨਲ ਪੇਂਟ ਵਾਂਗੂ ਹੀ ਹੈ ਇੱਕ ਅੱਧਾ ਪੀਸ ਭਾਵੇਂ ਕੋਈ ਪੇਂਟ ਨਿਕਲੇ ਜੀ ਕਿੰਨਾ ਰੇਟ ਹੈ 4.5 ਲੱਖ ਰੁਪਈਆ ਜੀ ਆਉਂਦਾ 4.5 ਲੱਖ ਜੀ ਲਓ ਜੀ 65 ਹੈਗੀ 4.5 ਲੱਖ ਰੁਪਈਆ ਦੇ ਵਿੱਚ ਹੈਗੀ ਕਾਰ ਤੇ ਲੋਨ ਕੋਲਾਂ 1 ਲੱਖ ਰੁਪਏ ਦੇ ਕੇ ਲੋਨ ਵੀ ਹੋ ਜੂ ਬਈ ਠੀਕ ਹੈ ਤੇ ਅੱਜ ਦੀ ਲਾਸਟ ਕਾਰ ਆਪਣੇ ਲਵੇ ਇਟਿਓਸ ਲੀਵਾ ਹਾਂਜੀ ਵੀਰੇ ਲਓ ਜੀ ਦੋਸਤੋ ਲੀਵਾ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਹੈ ਜੀ ਹਾਂਜੀ ਸੋ ਇਹ ਲੀਵਾ ਲੈ ਕੇ ਆਏ ਆ ਤੁਹਾਡੇ ਵਾਸਤੇ 2013 ਮਾਡਲ ਜੀ ਹਾਂਜੀ PV31 ਨੰਬਰ ਹੈ ਫਸਟ ਓਨਰ ਹੈ ਜੀ ਠੀਕ ਹੈ ਇੰਜਨ ਗੇਅਰ ਬਾਰੇ ਕੁਝ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਹਾਂਜੀ ਕਿਉਂਕਿ ਟੋਇਟਾ ਆ ਗਈ ਠੀਕ ਹੈ ਵੀਰੇ ਤੇ ਚੰਗੀ ਗੱਡੀ ਹੈ ਟਾਇਰ ਵਧੀਆ ਨੇ ਸੈਂਟਰ ਲੌਕ ਹੈ ਜੀ GD ਮਾਡਲ ਹੈ ਵਿਚਕਾਰਲਾ ਤੇ ਗੱਡੀ ਦਾ ਰੇਟ ਵੀ ਬਹੁਤ ਵਾਜਬ ਆ ਦੋਸਤੋ ਸਿਰਫ 3 ਲੱਖ ਰੁਪਈਆ 3 ਲੱਖ ਰੁਪਏ 13 ਮਾਡਲ ਜੀ 13 ਮਾਡਲ 3 ਲੱਖ ਡਿਮਾਂਡ ਹੈ ਬਾਈ PV31 ਮਾਨਸਾ ਦਾ ਨੰਬਰ ਹੈ ਜੇ ਕਿਸੇ ਪੁਰਾਣੇ ਕਾਰ ਲੈਣੀ ਹੈ ਛੇਤੀ ਵਿਜ਼ਿਟ ਕਰ ਲਿਓ ਕਿਉਂਕਿ ਇਹ ਕਾਰ ਬਹੁਤ ਛੇਤੀ ਵਿਕ ਜਾਂਦੀ ਹੈ ਛੇਤੀ ਠੀਕ ਹੈ ਬਾਈ ਨੰਬਰ ਸਕਰੀਨ 'ਤੇ ਪਾ ਦੇ ਕਾਲ ਕਰ ਲਿਓ ਭੁੱਲਰ ਮੋਟਰ ਸੰਗਰੂਰ ਹਰੀਪੁਰਾ ਬਾਈਪਾਸ ਵੀਰੇ ਹਰੀਪੁਰਾ ਬਾਈਪਾਸ ਨੀਅਰ ਦਰਗਾਹ ਬਾਬਾ ਪੀਰ ਦੀ ਠੀਕ ਹੈ ਸੰਗਰੂਰ ਜੀ ਲਓ ਬਾਈ ਮਿਲਦੇ ਹਾਂ ਬਹੁਤ ਛੇਤੀ ਨਵੇਂ ਕਾਰਾਂ ਦੇ ਨਾਲ ਠੀਕ ਹੈ ਬਾਈ ਆਪਣਾ ਇੰਸਟਾਗ੍ਰਾਮ ਪੇਜ ਫੋਲੋ ਕਰ ਲਿਓ ਠੀਕ ਹੈ ਬਾਈ ਤੇ ਜਿਹੜਾ ਤੁਸੀਂ ਆਪਾਂ ਦਿੱਤਾ ਹੈ ਨਾ ਉਹਦੇ ਵਿੱਚ ਰੀਲਾਂ ਵੀ ਆਪਾਂ ਦਿੰਦੇ ਰਹਿਣਾ ਵੀਰੇ ਆਪਾਂ ਇੱਕ ਗੱਲ ਹੋਰ ਵੀਰੇ ਅਸੀਂ ਨਾ ਆਫਰ ਰੱਖੀ ਹੋਈ ਆ ਜਿਹੜਾ ਭਰਾ ਆਪਣੇ ਸਭ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਫੋਲੋ ਤੇ ਕਮੈਂਟ ਕਰੂਗਾ ਅਸੀਂ ਉਹਨਾਂ ਨੂੰ ਅਲਟੋ ਦੇਣੀ ਆ 13 ਅਪ੍ਰੈਲ ਨੂੰ ਕੀ ਬਾਤ ਹੈ ਜੀ ਬਿਲਕੁਲ ਫ੍ਰੀ ਚ ਮੈਂ ਜਦੋਂ ਉਹ ਆਪਾਂ ਨੂੰ ਇੰਨਾ ਪਿਆਰ ਕਰਦੇ ਨੇ ਆਪਾਂ ਵੀ ਥੋੜਾ ਪਿਆਰ ਦਿਖਾ ਦੇ ਵੀਰੇ ਹਨਾ ਇੱਕ ਗੱਲ ਹੋਰ ਹੈ ਇੱਕ ਹੋਰ ਆਫਰ ਵੀ ਹੈ ਜੀ ਜੇ ਭਰਾ ਕੋਈ ਵੀ ਹਨਾ ਆਪਣਾ ਮਤਲਬ ਆਹ ਸਾਲ ਦੇ ਐਂਡ ਤੱਕ ਆਪਾਂ ਨੂੰ 5 ਲੱਖ ਦੀ ਫੈਮਿਲੀ ਤੱਕ ਪਹੁੰਚਾਊਗਾ YouTube ਤੇ ਅਸੀਂ 10 ਰੁਪਏ ਦੇਣੇ ਆ ਫ੍ਰੀ ਦੇ ਵਿੱਚ ਕੀ ਬਾਤ ਹੈ ਜੀ ਠੀਕ ਹੈ ਬਾਈ ਹੁਣ ਤੁਹਾਡੀ ਇੱਛਾ ਬਾਈ ਛੇਤੀ ਕਰੋ ਫੋਲੋ ਲਾਈਕ ਕਮੈਂਟ ਤੇ ਲਾ ਦਿਓ ਝਾੜੀ ਛੇਤੀ ਇਹਦੀ ਕਮੈਂਟਾਂ ਦੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ